अपना अज का टॉपिक क्लास नाइनथ विशा मैथ चैप्टर फर्स्ट विचों है जी। चैप्टर का नाम है संख्या प्रणाली, तो इसमें आप इंग्लिश कहने हैं नंबर सिस्टम। अज आप इस अभ्यास 1.3 का क्वेश्चन नंबर 9 कर जा रहे हैं जी। क्वेश्चन इस तरह है, दसो कि हेठा लिखिया संख्यावां विचों केड़ियां केड़ियां संख्यावां प्रमेय हैं अते केड़ियां संख्यावां अप्रमेय हैं। हुण अपने को यह जो क्वेश्चन नंबर 9 है उस दे विच अपने को 5 संख्यावां लिखिया हुई हैं, कुछ वर्गमूल के अंदर हैं तो कुछ अपने को दशमलव वाली हैं। जो वर्गमूल के अंदर हैं इन्हों का आपां किस तरह पता करना है कि यह प्रमेय है जां अप्रमेय हैं, इन्हां लई आपां इस दे अभाज गुणनखंड बनाउणे हैं, तो जिहड़ियां कि दशमलव विच हैं उन्हां दा आपां किस तरह चैक करना है, फिर आपां उन्हां दा दशमलव विस्तार चैक करना किस तरह का है। जेकर दशमलव विस्तार शांत हो गए ਤਾਂ ਉਹ ਆਪਣੇ ਕੋਲ ਪ੍ਰਮੇਹ ਹੁੰਦੀ ਹੈ। ਜੇਕਰ ਦਸ਼ਮਲਵ ਵਿਸਤਾਰ ਸ਼ਾਂਤ ਆਵਰਤੀ ਹੋਵੇ ਅਸ਼ਾਂਤ ਆਵਰਤੀ ਤਾਂ ਉਹ ਵੀ ਆਪਣੇ ਕੋਲ ਪ੍ਰਮੇਹ ਸੰਖਿਆ ਹੁੰਦੀ ਹੈ। ਜੇਕਰ ਦਸ਼ਮਲਵ ਵਿਸਤਾਰ ਆਪਣੇ ਕੋਲ ਹੋਵੇ ਅਸ਼ਾਂਤ ਅਣਆਵਰਤੀ ਤਾਂ ਉਹ ਆਪਣੇ ਕੋਲ ਅਪ੍ਰਮੇਹ ਸੰਖਿਆ ਹੁੰਦੀ ਹੈ। ਆਓ ਦੇਖਦੇ ਹਾਂ ਕਿ ਇਹਨਾਂ ਇਸ ਕੁਐਸਚਨ ਨੂੰ ਆਪਾਂ ਕਿਸ ਤਰ੍ਹਾਂ ਸੌਖੇ ਢੰਗ ਨਾਲ ਕਰ ਸਕਦੇ ਹਾਂ। ਆਪਣਾ ਜੋ ਪਹਿਲਾ ਕੁਐਸਚਨ ਹੈ ਉਹ ਹੈ ਵਰਗਮੂਲ 23। ਹੁਣ ਵਰਗਮੂਲ 23 ਆਪਾਂ 23 ਦੇ ਅਭਾਜ ਗੁਣਨਖੰਡ ਬਣਾਉਣੇ ਹਨ। 23 ਦੇ ਭਾੜੇ ਵਿੱਚ ਹੀ ਜਾਏਗਾ ਕਿਉਂਕਿ ਅਭਾਜ ਨੰਬਰ ਹੈ ਉਹ। ਇਸਦਾ ਮਤਲਬ 23 ਦੇ ਸਿਰਫ ਆਪਣੇ ਕੋਲ ਕੀ ਬਣਿਆ ਹੈ, ਅਭਾਜ ਗੁਣਨਖੰਡ 23 ਬਣਿਆ ਹੈ। ਜੇਕਰ ਆਪਣੇ ਕੋਲ ਕੁਛ ਇੱਦਾਂ ਦਾ ਆਪਣੇ ਕੋਲ ਨੰਬਰ ਆ ਜਾਂਦਾ ਕਿ ਜੋਟਾ ਬਣ ਜਾਂਦਾ ਤਾਂ ਆਪਾਂ ਉਸਨੂੰ ਵਰਗਮੂਲ ਤੋਂ ਬਾਹਰ ਲਿਖ ਸਕਦੇ ਸੀ। ਹੁਣ 23 ਦੇ ਅੰਦਰ ਆਪਣੇ ਕੋਲ 23 ਦਾ ਅਭਾਜ ਗੁਣਨਖੰਡ ਇਹੀ ਰਹਿਣਗੇ 23 ਹੀ। ਇਸਦਾ ਮਤਲਬ ਹੈ ਇਸਦੇ ਵਿੱਚ ਆਪਣੇ ਕੋਲ ਜੋਟੇ ਨਹੀਂ ਬਣੇ ਹਨ, ਇਕੱਲਾ 23 ਆਇਆ ਹੈ। ਇਸਦਾ ਮਤਲਬ ਇਹ ਆਪਣੇ ਕੋਲ ਵਰਗਮੂਲ ਇਸੇ ਤਰ੍ਹਾਂ ਰਹੇਗਾ, ਵਰਗਮੂਲ ਹਟੇਗਾ ਨਹੀਂ। ਜੇਕਰ ਵਰਗਮੂਲ ਹਟ ਜਾਂਦਾ ਤਾਂ ਆਪਾਂ ਕਹਿਣਾ ਸੀ ਕਿ ਇਹ ਆਪਣੇ ਕੋਲ ਇੱਕ ਪ੍ਰਮੇਹ ਸੰਖਿਆ ਹੈ, ਪਰ ਹੁਣ ਵਰਗਮੂਲ ਨਹੀਂ ਹਟਿਆ ਇਸ ਲਈ ਆਪਣੇ ਕੋਲ ਕਿਹੜੀ ਸੰਖਿਆ ਹੈ, ਇੱਕ ਅਪ੍ਰਮੇਹ ਸੰਖਿਆ ਹੈ। ਇਹ ਤੁਹਾਨੂੰ ਅਗਲੇ ਕੁਐਸਚਨ ਵਿੱਚ ਵੀ ਸਮਝ ਲੱਗ ਜਾਏਗਾ ਜਦੋਂ ਆਪਾਂ ਇਹ ਕੁਐਸਚਨ ਕਰਾਂਗੇ ਕਿ ਵਰਗਮੂਲ ਕਿਸ ਤਰ੍ਹਾਂ ਹਟੇਗਾ। ਆਓ ਹੁਣ ਆਪਾਂ ਦੂਸਰਾ ਕੁਐਸਚਨ ਕਰਦੇ ਹਾਂ। ਕੁਐਸਚਨ ਹੈ 225 ਹੈ ਵਰਗਮੂਲ ਦੇ ਅੰਦਰ, ਅਤੇ ਆਪਾਂ ਪਹਿਲਾਂ 225 ਦੇ ਅਭਾਜ ਗੁਣਨਖੰਡ ਬਣਾਉਣੇ ਹਨ। ਪਹਿਲਾਂ 5 'ਤੇ ਕਰ ਲਓ ਇਸਨੂੰ, 5 × 20, ਫਿਰ 5 'ਤੇ ਕਰ ਲਓ 9, ਫਿਰ 3 'ਤੇ ਕਰਾਂਗੇ 3, ਫਿਰ 3 'ਤੇ ਕਰਾਂਗੇ। ਅਤੇ ਹੁਣ ਆਪਾਂ ਜੋ 225 ਹੈ ਉਸਨੂੰ ਕੀ ਲਿਖ ਸਕਦੇ ਹਾਂ, 5 × 5 × 3 × 3। ਇਹ ਹੁਣ ਆਪਾਂ ਦੇਖਦੇ ਹਾਂ ਕਿ 5 ਦੇ ਵੀ ਆਪਣੇ ਕੋਲ ਜੋਟੇ ਬਣ ਗਏ ਹਨ ਅਤੇ 3 ਦੇ ਵੀ ਆਪਣੇ ਕੋਲ ਜੋਟੇ ਬਣ ਗਏ ਹਨ। ਇਸਦਾ ਮਤਲਬ ਜੋ 225 ਦਾ ਵਰਗਮੂਲ ਹੈ ਉਹ 5 × 3 ਕਿੰਨਾ ਆ ਜਾਏਗਾ ਆਪਣੇ ਕੋਲ, 15। ਅਤੇ ਇੱਥੇ ਆਪਣੇ ਕੋਲ ਹੁਣ ਕੁਛ ਵੀ ਵਰਗਮੂਲ ਦੇ ਅੰਦਰ ਨਹੀਂ ਬਚਿਆ। ਜੇਕਰ ਕੋਈ ਇੱਦਾਂ ਦਾ ਨੰਬਰ ਆਪਣੇ ਕੋਲ ਬਚ ਜਾਂਦਾ ਜਿਸਦਾ ਜੋਟਾ ਨਹੀਂ ਬਣਦਾ ਹੈ ਤਾਂ ਉਹ ਵਰਗਮੂਲ ਦੇ ਅੰਦਰ ਹੀ ਰਹਿਣਾ ਸੀ, ਪਰ ਹੁਣ ਸਾਰੇ ਨੰਬਰਾਂ ਦੇ ਆਪਣੇ ਕੋਲ ਜੋਟੇ ਬਣ ਗਏ ਹਨ, ਕੋਈ ਵੀ ਨੰਬਰ ਹੁਣ ਵਰਗਮੂਲ ਦੇ ਅੰਦਰ ਨਹੀਂ ਹੈ। ਇਸਦਾ ਮਤਲਬ ਇਹ ਆਪਣੇ ਕੋਲ ਕਿਹੜੀ ਸੰਖਿਆ ਹੈ, ਇੱਕ ਪ੍ਰਮੇਹ ਸੰਖਿਆ ਹੈ। ਵੀਡੀਓ ਦੇ ਅੰਤ ਵਿੱਚ ਤੁਹਾਡੇ ਲਈ ਕੁਛ ਹੋਮਵਰਕ ਹੋਏਗਾ, ਹੋਮਵਰਕ ਤੁਸੀਂ ਨੋਟ ਕਰ ਲੈਣਾ ਅਤੇ ਉਸਦਾ ਆਂਸਰ ਕਮੈਂਟ ਵਿੱਚ ਜ਼ਰੂਰ ਲਿਖਣਾ। ਆਓ ਹੁਣ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ। ਤੀਸਰਾ ਕੁਐਸਚਨ ਹੈ 0.3796। ਹੁਣ ਆਪਾਂ ਦੇਖਦੇ ਹਾਂ ਕਿ ਇਸ ਦੇ ਵਿੱਚ ਆਪਣੇ ਕੋਲ ਕੀ ਹੈ, ਡੋਟ ਵੀ ਨਹੀਂ ਹੈ ਅਤੇ ਬਾਰ ਵੀ ਨਹੀਂ ਹੈ। ਜੇਕਰ ਡੋਟ ਹੋਵੇ ਤਾਂ ਆਪਾਂ ਨੂੰ ਅਸ਼ਾਂਤ ਕਹਿੰਦੇ ਹਨ, ਜਾਂ ਬਾਰ ਹੋਵੇ ਤਾਂ ਆਪਾਂ ਉਸਨੂੰ ਅਸ਼ਾਂਤ ਕਹਿੰਦੇ ਹਨ। ਹੁਣ ਇੱਥੇ ਨਾ ਡੋਟ ਡੋਟ ਹੈ, ਨਾ ਹੀ ਉੱਪਰ ਕਿਤੇ ਬਾਰ ਹੈ। ਇਸਦਾ ਮਤਲਬ ਇਹ ਆਪਣੇ ਕੋਲ ਸ਼ਾਂਤ ਦਸ਼ਮਲਵ ਵਿਸਤਾਰ ਹੈ, ਅਤੇ ਜੇਕਰ ਦਸ਼ਮਲਵ ਵਿਸਤਾਰ ਸ਼ਾਂਤ ਹੋਵੇ ਤਾਂ ਇਸਦਾ ਮਤਲਬ ਉਹ ਕੀ ਹੁੰਦੀ ਹੈ, ਇੱਕ ਪ੍ਰਮੇਹ ਸੰਖਿਆ ਹੁੰਦੀ ਹੈ। ਇਸਦਾ ਦਸ਼ਮਲਵ ਵਿਸਤਾਰ ਜਾਂ ਵਿਸਤਾਰ ਸ਼ਾਂਤ ਹੈ, ਇਸ ਲਈ ਇੱਕ ਪ੍ਰਮੇਹ ਸੰਖਿਆ ਹੈ। ਆਓ ਹੁਣ ਆਪਾਂ ਅਗਲਾ ਕੁਐਸਚਨ ਕਰਦੇ ਹਾਂ। ਕੁਐਸਚਨ ਹੈ 7.478478.... ਇਸ ਡੋਟ ਤੋਂ ਪਤਾ ਲੱਗ ਗਿਆ ਕਿ ਆਪਣੇ ਕੋਲ ਇਹ ਅਸ਼ਾਂਤ ਹੈ। ਹੁਣ ਅਸ਼ਾਂਤ ਦੇ ਅੰਦਰ ਆਪਣੇ ਕੋਲ 2 ਆਉਂਦੇ ਹਨ, ਅਸ਼ਾਂਤ ਅਣਆਵਰਤੀ ਅਤੇ ਅਸ਼ਾਂਤ ਆਵਰਤੀ। ਹੁਣ ਆਪਾਂ ਦੇਖਣਾ ਹੈ ਕਿ ਦਸ਼ਮਲਵ ਜੋ ਡੋਟ ਡੋਟ ਹੈ ਉਸ ਤੋਂ ਪਹਿਲਾਂ ਜੋ ਨੰਬਰ ਹੈ ਕਿ ਕੋਈ ਨੰਬਰ ਆਪਸ ਵਿੱਚ ਕੋਈ ਬਲੋਕ ਇਸ ਤਰ੍ਹਾਂ ਦਾ ਹੈ ਜੋ ਰਿਪੀਟ ਹੋ ਰਿਹਾ ਹੈ। ਇਸ ਤਰ੍ਹਾਂ ਆਪਾਂ ਦੇਖਦੇ ਹਾਂ 4 7 8 4 7 8, ਇਸਦਾ ਮਤਲਬ ਆਪਾਂ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ ਨਾ, 4 7 8 ਦੇ ਉੱਪਰ ਬਾਰ।
क्योंकि 4, 7, 8 जो एक तो पूरा ब्लॉक है पूरा बार बार रिपीट हो जा रहा है। तो इस दे विच अपने को जो हम दशमलव विस्तार है वो की होएगा अशांत आवर्ती। इसका जो दशमलव विस्तार है वो किस तरह का है अपने को है अशांत आवर्ती। तो जेकर दशमलव विस्तार जो है अशांत आवर्ती होवे तो केड़ी संख्या होंगी है वो अपने को की होंगी है एक प्रमेय संख्या। इसका मतलब ये भी अपने को एक प्रमेय संख्या है। आ हुण अगला क्वेश्चन देखते हैं। क्वेश्चन नंबर 5 दे विच आपां देखते हैं कि पिछे डॉट है इसका मतलब ये अशांत है। ते इस तो पहला देखो अपने को कोई ब्लॉक है कोई इदा दे नंबर जो बार बार रिपीट हो रहा है जिससे पहला एक दे बाद एक जीरो है फिर एक दे नाल दो जीरो है एक दे नाल तीन जीरो है एक दे नाल चार जीरो है ये कोई अपने को सेम नंबर रिपीट नहीं हो रहा हर बार जीरोस दे वो बढ़ रही हैं अपने। इसका मतलब ये अपने को है अशांत अनावर्ती। ये अपने को किस तरह दशमलव जो विस्तार है वो किस तरह का है जो दशमलव विस्तार है वो इसका है अशांत अनावर्ती। तो इसका मतलब एक ऐसी संख्या है अपने को एक अप्रमेय संख्या। हूँ स्टूडेंट तुहाडे लई कुछ होमवर्क होएगा तो मैं काफ़ी ईजी वे नाल क्वेश्चन करवाने की कोशिश की है। जेकर वीडियो तुहानू अच्छी लगी है तो इसे लाइक करते शेयर जरूर कर देना मेरे चैनल में सबसक्राइब जरूर कर देना तो बैल आइकन भी जरूर प्रेस कर लेना। तो हूँ तुम होमवर्क नोट कर लो तो उसका आंसर तुम कमेंट में जरूर लिखना। ये हम स्टूडेंट ढे कुछ होमवर्क है इन्हों के तुम दसना है कि जो दशमलव विस्तार है वह अपने को किस तरह का है। तो उस तो बाद दसना है कि ये प्रमेय संख्या हैं तो कि अप्रमेय संख्या हैं।